ਲੋ ਜੀ ਬਾਈ ਮਿੱਤਰੋ, ਤੁਹਾਨੂੰ ਪਤਾ ਵੀ ਸੀਜ਼ਨ ਸ਼ੁਰੂ ਹੋ ਗਿਆ ਟਰੈਕਟਰਾਂ ਦਾ, ਡਿਲੀਵਰੀਆਂ ਤੇ ਡਿਲੀਵਰੀਆਂ ਹੋ ਰਹੀਆਂ ਟਰੈਕਟਰਾਂ ਦੀਆਂ। ਹੋਰ ਜੱਗੂ ਕੀ ਹਾਲ ਆ? ਵਧੀਆ ਵੀਰੇ, ਠੀਕ ਠਾਕ। ਜਾਣ ਦਾ ਟਾਈਮ ਹੋ ਗਿਆ ਤਾਂ ਬਾਈ, ਜਾਂਦੇ ਜਾਂਦੇ ਹੀ ਟਰੈਕਟਰ ਦਾ ਸੌਦਾ ਹੋ ਗਿਆ। ਹਾਂ ਬਾਈ, ਹਾਂ ਨਵੇਂ ਦਾ। ਹੋਰ ਮਿੱਤਰੀ ਸਾਹਿਬ ਠੀਕ ਠਾਕ ਚੱਲੇ? ਹਾਂ ਜੀ, ਵਧੀਆ ਵਧੀਆ, ਤੁਸੀਂ? ਠੀਕ ਆ, ਠੀਕ ਆ ਬਾਈ। ਪਾਲ ਬਾਈ ਇੱਧਰ, ਹੋਰ ਪਾਲ ਬਾਈ ਠੀਕ ਠਾਕ? ਅੱਜ ਸੌਦਾ ਸੌਦਾ ਕਰਾਇਆ ਕਿ ਨਹੀਂ? ਕੋਈ ਦੋ ਕਰਾਤੇ, ਠੀਕ ਆ। ਕਿਆ ਬਾਈ ਕਹਿਣਾ ਕੁਛ? ਲਿਆ ਬਾਈ, ਕਰ ਦਈਏ ਫੋਟੋ। ਬਾਈ ਪਾਲ ਬਾਈ ਨੂੰ ਨਵਾਂ ਕਾਲ ਕਰਿਆ ਕਰੋ ਬਾਈ। ਨਹੀਂ ਯਾਰ, ਅਸੀਂ ਸਿਰਫ ਅਸੀਂ ਪਾਲ ਬਾਈ ਆਪਣਾ ਬੰਦਾ ਆਲ ਰਾਊਂਡਰ, ਜਿਹਨਾਂ ਬਾਈ ਹਫਤਾ ਨਹੀਂ ਆਉਂਦਾ ਨਾ ਟਰੈਕਟਰ ਦਾ ਕੰਮ ਖੜ ਜਾਂਦਾ ਉਰੇ। ਤੇ ਬਾਈ ਜਾਣਦੇ ਹੋਗੇ ਬਹੁਤ, ਜਿਹੜੇ ਸਾਡੇ ਲੋਕਲ ਬਾਈਆਂ, ਹਰੇਕ ਬੰਦਾ ਬਾਈ ਨੂੰ ਜਾਣਦਾ ਹੋਊਗਾ 100%। ਅਤੇ 750 ਟਰੈਕਟਰ ਦੇਣ ਲੱਗੇ ਬਾਈ ਨੇ, ਡੀ ਆਈ 750 ਸਿਕੰਦਰ, ਅਤੇ 3 ਸਪੀਡ ਵਾਲਾ ਬਾਈ ਇਹ। ਅਤੇ ਬਾਕੀ ਤਾਂ ਬਹੁਤ ਸਾਰੀ ਆਲਰੇਡੀਆਂ ਮੇਰੇ ਹਿਸਾਬ ਨਾਲ ਬਾਈ ਬਹੁਤ ਸਾਰੀਆਂ ਵੀਡੀਓ ਇਹਦੀ ਨੈੱਟ 'ਤੇ ਬਣਾ ਕੇ ਪਾਈ ਵੀ ਆਪਾਂ ਨੇ, ਅਤੇ ਦੱਸਿਆ ਹੋਇਆ ਟਰੈਕਟਰ ਬਾਰੇ। ਇਹ 16 ਦੇ ਟਾਇਰਾਂ ਵਾਲਾ, ਇਹ 14 ਵਿੱਚ ਵੀ ਆਉਂਦਾ, ਦੋਨੇ ਟਾਇਰਾਂ ਦੇ ਵਿੱਚ ਆਉਂਦਾ। ਬਾਕੀ ਆ ਬਾਈ ਦੇ ਦੋਨੇ ਮਾੜਾ ਮੋਟਾ। ਹੋਰ ਬਾਈ ਕਿਆ ਹਾਲ ਹੈ ਜੀ? ਵਧੀਆ ਬਾਈ, ਟਰੈਕਟਰ ਬਾਰੇ ਮਾੜਾ ਮੋਟਾ ਦੱਸ ਦਿਓ, ਜਿਹੜੇ ਨਵੇਂ ਬੰਦੇ ਗਾਹਕ ਦੇਖ ਰਹੇ ਆ। ਅਤੇ 750 ਦਿੱਤਾ, 16 ਦੇ ਟਾਇਰਾਂ ਦੇ ਵਿੱਚ, ਠੀਕ ਹੈ ਜੀ। 5 ਦੀ ਲਿਫਟ ਹੈ, ਠੀਕ ਹੈ ਜੀ। ਵਧੀਆ ਟੌਪ ਦਾ ਟਰੈਕਟਰ ਹੈ, ਵਧੀਆ ਵਧੀਆ ਬਾਈ, ਬਿਲਕੁਲ। ਨਾਲੇ ਹੁਣ ਬਾਈ ਲੋੜੇ ਨਹੀਂ ਹੈ, 750 ਦਾ ਰਾਜਾ ਟਰੈਕਟਰ ਹੈ, ਨਾਲੇ ਟਾਈਮ ਵੀ ਆ ਬਾਈ ਵਿਕਣ ਦਾ ਹੁਣ, ਹੈਨਾ। ਆਜੋ ਬਾਈ, ਕਰ ਦਈਏ ਫੋਟੋ। ਆਜੋ ਬਾਈ, ਓ ਜੀ ਬਾਈ, ਆ ਵੀਰਾਂ ਨੇ ਟਰੈਕਟਰ ਲਿਆ ਜੀ। ਥੋੜਾ ਯਾਰ ਪਿੱਛੋਂ ਲੈ ਲਓ ਬਾਈ ਫੋਟੋ, ਵੀਰੇ ਆੜੀ ਖਿੱਚਦਾ ਹੀ ਮੈਂ ਵੀ। ਠੀਕ ਆ ਜੀ, ਮੁਬਾਰਕਾਂ ਬਾਈ ਸਾਰਿਆਂ ਨੂੰ ਟਰੈਕਟਰ ਦੀਆਂ ਵੀਰੇ। ਓਕੇ ਜੀ, ਓਕੇ। ਟਰੈਕਟਰ ਚੱਲਿਆ ਬਾਈ ਜੀ ਇਹ ਇੱਧਰ ਮਰੰਡੇ ਏਰੀਏ ਦੇ ਵਿੱਚ। ਲਓ ਜੀ ਬਾਈ, ਡਿਲੀਵਰੀ ਹੋਣ ਲੱਗੀ ਟਰੈਕਟਰ ਦੀ। ਅਤੇ ਤੇਲ ਪਿੱਛੇ ਰੋਲ ਅੜ ਜਾਂਦਾ ਹਰੇਕ ਪਾਸੇ ਬਾਈ। ਤੇਲ ਤਾਂ ਇਹਦੇ ਝੂਠ ਵਾਲੀ ਕੋਈ ਗੱਲ ਨਹੀਂ, ਤੇਲ ਪਿੱਛੇ ਤੇ ਜਦੋਂ ਟਰੈਕਟਰ ਆਉਂਦੇ ਆ ਡੀਲਰ ਕੋਲ, 2-2.5 ਉਂਗਲ ਤੇਲ ਹੁੰਦਾ ਬਸ। ਡੀਲਰ ਮਾੜਾ ਮੋਟਾ 2-2.5 ਲੀਟਰ ਪਾ ਦਿੰਦਾ। ਕਈ ਬਾਈ ਕਹਿੰਦੇ ਨੇ ਬਾਈ ਟੈਂਕੀ ਫੁੱਲ ਕਰ ਦਿਉ, ਕਈ ਕਹਿੰਦੇ ਨੇ ਬਾਈ ਇੰਨਾ ਪਾ ਦਿਉ ਉਹ ਪਾ ਦਿਉ, ਅਤੇ ਕਈ ਤਾਂ ਜਦ ਸੌਦੇ 'ਤੇ ਪਹਿਲਾਂ ਗੱਲ ਹੋ ਜਾਵੇ ਬਾਈ ਫਿਰ ਤਾਂ ਗੱਲ ਅੱਡ ਹੈ। ਜਦੋਂ ਸਾਰਾ ਕੁਛ ਹੋ ਜਾਂਦਾ ਬਾਈ, ਤੁਹਾਨੂੰ ਪਤਾ ਹੀ ਹੈ ਇੰਨੇ ਟਰੈਕਟਰ ਦਿੰਦੇ, ਜੇ ਹਰੇਕ ਨੂੰ ਟੈਂਕੀ ਫੁੱਲ ਕਰਾ ਕੇ ਦੇਣ ਲੱਗ ਗਏ ਫਿਰ ਕੰਮ ਔਖਾ ਹੋ ਜਾਂਦਾ, ਠੀਕ ਨਹੀਂ। ਬਾਕੀ ਬਹੁਤ ਕਈ ਬਾਈ ਕਹਿ ਦਿੰਦੇ ਬਾਈ ਫਲਾਣੇ ਜਗ੍ਹਾ 'ਤੇ ਟਰੈਕਟਰ ਲਿਆ ਤਾਂ ਉੱਥੇ ਟੈਂਕੀ ਫੁੱਲ ਕਰਕੇ ਦਿੱਤੀ ਹੈ, ਉਹਨਾਂ ਨੇ ਸਾਨੂੰ ਟੈਂਕੀ ਫੁੱਲ ਕਰਾ ਕੇ ਦਿੱਤੀ ਆ। ਬਾਈ ਦੰਦੇ ਹੋਊਗੇ ਜੀ, ਕੋਈ ਗੱਲ ਨਹੀਂ, ਪਰ ਰੇਟ ਦੀ ਦਾ ਫਰਕ ਹੁੰਦਾ। ਜਿੱਥੇ ਦੇ ਮਾੜਾ ਜੇ ਰੇਟ ਦਾ ਹੁੰਦਾ, ਅਗਲਾ ਫਿਰ ਕਹਿੰਦਾ ਹੁੰਦਾ ਛੂ ਜਾਣੀ 3-4 ਹਜ਼ਾਰ ਦਾ ਅਗਲਾ ਤੇਲ ਪਵਾ ਕੇ ਦੇ ਦਿੰਦਾ, ਠੀਕ ਨਹੀਂ ਜੀ। ਬਾਕੀ ਬਾਈ ਟਾਈਮ ਹੁਣ ਦਿਨ ਬੜੇ ਹੋਣ ਲੱਗ ਗਏ, ਮੇਰੇ ਹਿਸਾਬ ਨਾਲ 6:30 ਦਾ ਟਾਈਮ ਹੋ ਗਿਆ। ਐ ਬਾਬਲੇ ਬਾਈ ਦਿਨ ਬੜੇ ਹੋਣ ਲੱਗ ਗਏ ਅੱਗੇ ਨਾਲੋਂ, ਹੈਨਾ ਰਹਿ ਗਿਆ ਫਰਕ। ਬਾਕੀ ਬਾਈ ਹੁਣ ਪਾਵਲਾ ਬਾਈ ਵੀ ਸੋਚਾਂ 'ਚ ਪਿਆ ਹੋਇਆ, ਬਾਈ ਦਾ ਵੀ ਮਨ ਬਣਦਾ ਟਰੈਕਟਰ ਲੈਣ ਦਾ, ਅਜੇ ਬਾਈ ਥੋੜ੍ਹਾ ਜਿਹਾ ਕਨਫਿਊਜ਼ ਚੱਲ ਰਿਹਾ। 750 ਲੈਣਾ ਯਾਰ, 14 ਦੇ ਟਾਇਰਾਂ 'ਚ ਮਨ ਬਣਾ ਲਿਆ। ਅੱਛਾ, ਤੈਨੂੰ ਯਾਰ ਮੈਂ ਤੈਨੂੰ ਹੋਰ ਦਵਾਉਣ ਨੂੰ ਫਿਰਦਾ, ਤੂੰ 750 ਲੈਣ ਨੂੰ ਫਿਰੀ ਜਾਂਦਾ। ਆਹੀ ਲੈਣਾ ਕੱਲ੍ਹ, ਨਾਲੇ ਹੁਣ ਤੈਨੂੰ ਭੇਤ ਪਿਆ ਪੈਦਾ, ਹੈ ਨਾ। ਠੀਕ ਆ, ਠੀਕ ਆ, ਚੱਲ ਬਾਈ ਜਿਹੜਾ ਵਧੀਆ ਲੱਗਦਾ ਉਹ ਲੈ ਬਾਬਲੇ ਵੀਰੇ। ਲਓ ਜੀ ਬਾਈ, ਟਰੈਕਟਰ ਲੈ ਕੇ ਜਾਣ ਲੱਗੇ ਬਾਈ ਨਾ ਹੀ, ਮੁਬਾਰਕਾਂ ਬਾਈ ਉਹਨਾਂ ਨੂੰ, ਵਾਧਾ ਕਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਕਰਤਾ ਜੀ ਅਲਵਿਦਾ।
750 ਤੇ ਬਾਬੇ ਉਹ ਜਿਹੜਾ ਟਰੈਕਟਰ ਵੇਚਿਆ ਸੋਨਾਲੀਕਾ 750 ਉਹਦੇ ਵਿੱਚ ਟਰੈਕਟਰ ਕੱਟਿਆ ਇੱਕ ਅਤੇ ਟਰੈਕਟਰ ਹੈਗਾ ਜੀ ਏਸ 2012 ਮਾਡਲ ਅਤੇ ਬਾਈ ਆ ਜਾ ਦਿਖਾਈਏ ਮਾੜਾ ਜਿਹਾ ਆਪਾਂ ਆ ਜਾਓ ਯਾਰ ਆ ਜਾਓ ਆਹ ਖੜਾ ਬਾਈ ਇਹਨਾਂ ਨੇ ਅੱਜ ਕਰਕੇ ਐਨ ਓਕੇ ਕਰਕੇ ਖੜਾ ਤਾ ਆਹ ਦੇਖੋ ਆਹ ਖੜਾ ਜੀ ਏਸ ਟਰੈਕਟਰ ਮਾਡਲ ਵੀਰੇ 12 ਹੀ ਆ 12 ਟਾਇਰ ਵੀ ਤੁਸੀਂ ਕਹਿੰਦੇ ਨਾਲ ਦੇ ਦੱਸਦੇ ਆ ਚਾਰੇ ਟਾਇਰ ਕੇ ਪਿਛਲੇ ਬਾਈ ਬਿਲਕੁਲ ਟਾਇਰ ਨਾਲ ਦੇ ਟਰੈਕਟਰ ਦੇ ਕੋਈ ਸ਼ੱਕ ਨਹੀਂ ਹੈਗਾ ਇਹਦੇ 'ਚ ਟਰੈਕਟਰ ਰਿਜਨਲ ਹੈ ਵੀਰੇ ਸਾਰਾ ਹੀ ਇਹ ਫੁੱਲ ਠੀਕ ਆ ਬਾਈ ਅਸਲ 'ਚ ਟਰੈਕਟਰ ਕਹਿਣ ਨੂੰ ਕਹਿ ਦਿੰਦੇ ਮਾਰਕੀਟ ਪਰ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਟਰੈਕਟਰ ਮਾੜਾ ਨਹੀਂ ਹੈਗਾ ਇਹ ਟਰੈਕਟਰ ਵਧੀਆ ਹਾਂ ਹਾਂ ਜਿਹਨੇ ਉੱਦਾਂ ਲੈਣਾ ਟਰੈਕਟਰ ਕੰਮ ਕਰਨ ਵਾਸਤੇ ਠੀਕ ਹੈ ਜੀ ਅਤੇ ਬੈਟਰੀ ਬਾਈ ਹੀਰਾ ਦੀ ਬੈਟਰੀ ਲੱਗਦਾ ਨਵੀਂ ਉਹ ਰੱਖ ਹੋਈ ਇਹਦੇ ਪਰ ਠੀਕ ਆ ਬਾਕੀ ਬਾਈ ਬਾਈ ਰੇਟ ਰੂਟ ਦੱਸ ਦਿਓ ਇਹਦਾ ਕਿਆ ਹਿਸਾਬ ਕਿਤਾਬ ਹੈ ਪਬਲੇ ਵੀਰੇ 2,30,000 ਡਿਮਾਂਡ ਹੈ ਡਿਮਾਂਡ ਹੈ ਜਾਇਜ਼ ਕਰਕੇ ਦੇ ਦੂੰਗੇ ਮਾੜਾ ਮੋਟਾ ਠੀਕ ਹੈ ਬਾਈ ਰੇਟ ਤਾਂ ਮੰਗਿਆ 2,30,000 ਬਾਈਆਂ ਨੇ ਠੀਕ ਹੈ ਜੀ ਬਾਕੀ ਸ਼ੋਅ ਸ਼ੂ ਦਾ ਰੰਗ ਬਾਈ ਸਾਰਾ ਨਾਲ ਦਾ ਰਿਜਨਲ ਹੈ ਬਾਈ ਲਓ ਰੰਗ ਰੁੰਗ ਕਹਿੰਦੇ ਸ਼ੋਅ ਦਾ ਸਾਰਾ ਰਿਜਨਲ ਨਾਲ ਦਾ ਏ ਦੇਖ ਲਓ ਜੀ ਕੋਈ ਗੱਲ ਨਹੀਂ ਬਾਕੀ ਆਪਾਂ ਤੁਹਾਨੂੰ ਸਟਾਰਟ ਕਰਕੇ ਵੀ ਬਾਈ ਦਿਖਾਉਂਦੇ ਹਾਂ ਟਰੈਕਟਰ ਇੰਜਣ ਗੇਅਰ ਕਰਾਉਂਦੇ ਚੈੱਕ ਇਹਦਾ ਦੇਖ ਲਓ ਕੋਈ ਚਾਹਵਾਨ ਹੋਇਆ ਅਤੇ ਬਾਈ ਟਰੈਕਟਰ ਦੀ ਸਟਾਰਟਿੰਗ ਕਰੋ ਚੈੱਕ ਐਨ ਬੋਲਦਾ ਟਰੈਕਟਰ ਭਰਿੰਡ ਮੰਗਣਾ ਬਾਈ ਟਰੈਕਟਰ ਬਾਈ ਇਹਦਾ ਆਹ ਦੇਖ ਪੰਪ ਦਾ ਸਿਸਟਮ ਕਿੱਦਾਂ ਦਾ ਇਹਦਾ ਹੈ ਨਾ ਪੰਪ ਅਲੱਗ ਨਹੀਂ ਹੈਗਾ ਇਹਦਾ ਦੂਏ ਪੰਪਾਂ ਨਾਲ ਦੂਏ ਨਾਲੋਂ ਅਲੱਗ ਹੈ ਨਾ ਹਾਂ ਅਤੇ ਟਰੈਕਟਰ ਬਾਈ ਓਕੇ ਆ ਬਾਈ ਸਾਡੇ ਉਹਦੇ ਵਰਗੀ ਜੇ ਸੀ ਬੀ ਵਰਗੀ ਆਵਾਜ਼ ਨਹੀਂ ਹੈਗੀ ਆ ਦੇ ਬਾਈ ਬਾਈ ਟਰੈਕਟਰ ਦਾ ਇੰਜਣ ਪੂਰੇ ਦਾਣੇ ਗਿਣਦਾ ਹੈ ਨਾ ਠੀਕ ਹੈ ਬਾਡੀ ਬੁੱਡੀ ਦਾ ਰੰਗ ਪੂਰਾ ਵਧੀਆ ਹੈ ਨਾ ਟਾਇਰ ਦਾ ਬਾਈ ਮੰਨ ਲਓ 25 ਕੁ ਪੈਸੇ ਟਾਇਰ ਹੈ ਚਾਰੇ ਠੀਕ ਹੈ ਟਾਇਰ ਵੱਧ ਨਹੀਂ ਹੈਗੇ 20-25 ਕੁ ਪੈਸੇ ਟਾਇਰ ਹੈ ਆਪਾਂ ਤੁਹਾਨੂੰ ਉਹੀ ਕਹਿ ਦਈਏ ਵੱਧ ਘੱਟ ਵੀ ਇੰਨੇ ਆ ਬਾਕੀ ਜਿਹਨੇ ਲੈਣਾ ਹੋਇਆ ਬਾਈ ਆ ਕੇ ਦੇਖ ਲਿਓ ਟਰੈਕਟਰ ਪਾਵਲਾ ਵੀਰ ਇੱਥੇ ਹੀ ਹੁੰਦਾ ਏ ਬਾਈ ਨਾਲ ਆ ਕੇ ਸੌਦਾ ਕਰ ਲਿਓ ਪਾਵਲੇ ਵੀਰੇ ਜਾਇਜ਼ ਕਰ ਦੂੰਗਾ ਇਹ 'ਚੋਂ ਕਿੰਨਾ ਕੁ ਮਾਣ ਤਾਣ ਕਰ ਦੂੰਗਾ ਠੀਕ ਆ ਬਾਈ ਇਹ ਬਾਈ ਨਾ ਹੀ ਕਹਿੰਦੇ ਵੀ ਐਂ ਨਹੀਂ ਹੋਣਾ ਵੀ ਆ ਕੇ ਟਰੈਕਟਰ ਦੇਖਿਓ ਫਿਰ ਸੌਦਾ ਕਰੂੰਗਾ ਟਰੈਕਟਰ ਦਾ ਇਹ ਕਹਿਣ ਦਾ ਭਾਅ ਵੀ ਟਰੈਕਟਰ ਤੁਹਾਨੂੰ ਜਿੰਨਾ ਹੋਊਗਾ ਵੱਧ ਤੋਂ ਵੱਧ ਡਿਸਕਾਊਂਟ ਕਰ ਦਾਂਗੇ 2,30,000 ਮੰਗਦੇ ਹਾਂ ਅਤੇ ਬਾਕੀ ਚਲੋ ਦੇਖ ਲਿਓ ਜਿਹਨੂੰ ਵੀ ਬਾਈ ਫਿੱਟ ਹੋਇਆ ਅਤੇ ਬਸ ਬਾਈ ਲਾ ਦੇ ਟਰੈਕਟਰ ਇਹਨੂੰ ਥੋੜ੍ਹੀ ਜਿਹੀ ਬਾਈ ਮੈਨੂੰ ਲੱਗਦਾ ਬੈਟਰੀ ਡਾਊਨ ਹੋ ਗਈ ਤਾਂ ਕਰਕੇ ਥੋੜ੍ਹਾ ਜਿਹਾ ਟਰੈਕਟਰ ਮਤਲਬ ਕਿ ਚਾਰਜ ਨਹੀਂ ਹੈਗੀ ਬੈਟਰੀ ਬਾਈ ਬੈਟਰੀ ਤਾਂ ਡਾਊਨ ਹੋ ਰਿਹਾ ਟਰੈਕਟਰ ਨੂੰ ਸਲਫਾਂ ਬੱਜੀਆਂ ਨੇ ਖੜਿਆਂ ਨੂੰ ਬਾਈ ਉਰੇ ਜਿਹੜੇ ਸਾਡੇ ਕੋਲ ਟਰੈਕਟਰ ਖੜਦੇ ਨੇ ਪੁਰਾਣੇ ਜਿੰਨੇ ਵੀ ਬੰਦੇ ਆਉਂਦੇ ਆ ਹਰੇਕ ਬੰਦਾ ਆ ਕੇ ਦੋ ਦੋ ਵਾਰ ਸਲਫ ਮਾਰਦਾ ਹਾਂ ਕਈ ਵਾਰ ਕੋਈ ਚਾਬੀ ਬਾਈ ਚੱਲਦੀ ਸਾਡੇ ਉਰੇ ਚੰਗੇ ਭਲੇ ਟਰੈਕਟਰ ਦੀਆਂ ਬੈਟਰੀਆਂ ਡਾਊਨ ਹੋ ਜਾਂਦੀਆਂ ਠੀਕ ਹੈ ਜੀ ਬਾਕੀ ਆਪਾਂ ਤੁਹਾਨੂੰ ਟਰੈਕਟਰ ਦਿਖਾਤਾ ਬਾਈ ਜਿਹਨੂੰ ਪਸੰਦ ਹੋਇਆ ਆ ਕੇ ਦੇਖ ਲਿਓ ਜੇ ਕਿਸੇ ਨੇ ਵਿੱਚ ਕਟਾਉਣਾ ਹੋਇਆ ਟਰੈਕਟਰ ਆਪਾਂ ਕੱਟ ਲਾਂਗੇ ਜੇ ਕਿਸੇ ਨੇ ਆਪਣਾ ਟਰੈਕਟਰ ਪੁਰਾਣਾ ਵਿੱਚ ਦੇਣਾ ਹੋਇਆ ਬਸ ਕਰਦੇ ਵੀਰੇ ਬੰਦ ਓਕੇ ਆ ਅਤੇ ਬਾਕੀ ਬਾਈ ਨਵੇਂ ਟਰੈਕਟਰ ਇਹਨਾਂ ਕੋਲ ਸਾਰੇ ਹੀ ਹੁਣ ਆਏ ਆ ਸਟੋਕ ਦੇ ਵਿੱਚ ਦੁਬਾਰਾ ਸੋਨਾਲੀਕਾ ਅਤੇ ਆਹ DI 50 ਖੜਾ ਹੈ ਠੀਕ ਆ ਅਤੇ ਇਹ ਬਾਈ 3 ਸਿਲੰਡਰ ਇੰਜਣ ਵਾਲਾ ਹੈ ਜਿਹੜਾ 750 ਹੈ ਉਹ ਬਾਈ 4 ਸਿਲੰਡਰ ਇੰਜਣ ਦੇ ਵਿੱਚ ਆਉਂਦਾ ਠੀਕ ਆ ਇਹ ਇਹ ਮਤਲਬ ਕਿ 2 ਸਪੀਡ ਪਾਵਲੇ ਵੀਰੇ ਆਹ ਵੀ ਆਉਂਦਾ ਟਰੈਕਟਰ 3 ਸਪੀਡਾਂ 'ਚ ਅੱਛਾ ਨਹੀਂ ਉੱਦਾਂ ਇਹ 3 ਸਪੀਡਾਂ 'ਚ ਆਉਂਦਾ ਇਹ ਵੀ ਇਹ ਵੀ ਆਉਂਦਾ ਅੱਛਾ 3 'ਚ ਆਉਂਦਾ ਏ ਠੀਕ ਆ ਠੀਕ ਆ ਬਾਕੀ ਬਾਈ ਟਰੈਕਟਰ ਇਹਨਾਂ ਨੇ ਵੀ ਵਧੀਆ ਵੇਚਤੇ ਹੁਣ ਆਹ 2-3 ਮਹੀਨਿਆਂ 'ਚ
ਤੇ ਬਾਕੀ ਇਹਨਾਂ ਕੋਲ ਹੋਰ ਵੀ ਸਾਰੇ ਮਾਡਲ ਖੜੇ ਆ ਬਾਈ, DI 60, 750, ਠੀਕ ਹੈ ਜੀ। ਅਤੇ ਬਾਕੀ ਜਿਹੜੇ 455 ਦਾ ਵੀ ਬਾਈ ਹੋਇਆ ਸੌਦਾ ਤੁਹਾਨੂੰ ਦਿਖਾਉਂਦੇ ਆਪਾਂ। ਇੱਕ ਬਾਈ ਆਹ ਟਰੈਕਟਰ ਖੜਾ ਤਾ, ਇਹਦਾ ਵੀ ਅੱਜ ਸੌਦਾ ਹੋਇਆ, 20 ਮਾਡਲ ਦਾ ਵਿਕਲਿਆ ਟਰੈਕਟਰ ਬਾਈ, ਕਿਸੇ ਆਪਣੇ ਜਿਵੇਂ ਆਪਣੇ ਵਪਾਰੀ ਬਾਈ ਨੇ ਟਰੈਕਟਰ ਲਿਆ। ਇਹ ਟਰੈਕਟਰ ਪੂਰਾ ਵਧੀਆ ਸਾਫ਼ ਹੈ, 20 ਮਾਡਲ ਸਾਡੇ ਉਰੇ ਏਜੰਸੀ 'ਚ ਖੜਾ ਤਾ ਟਰੈਕਟਰ, ਇਹ ਵਿੱਚ ਕੱਟਿਆ ਵਾ, ਅੱਜ ਵਿਕਿਆ ਟਰੈਕਟਰ। ਟਾਇਰ ਬਾਈ ਨਾਲ ਦੇ ਹੀ ਇਹਦੇ, ਪਿਛਲੇ 40-45 ਕੁ ਪੈਸੇ ਟਾਇਰ ਨਾਲ ਦੇ ਹੀ ਖੜੇ ਸੀ ਟਰੈਕਟਰ ਦੇ। ਆਪਾਂ ਨੰਬਰ ਵੀ ਦੇ ਦਾਂਗੇ ਜੇ ਕਿਸੇ ਨੇ ਬਾਈ ਲੈਣਾ ਵੀ ਹੋਇਆ ਟਰੈਕਟਰ, ਗਾਹਾਂ ਜਿਹੜੇ ਬਾਈ ਨੇ ਲਿਆ ਵਪਾਰੀ ਵੀਰ ਨੇ, ਆਪਾਂ ਉਹਦਾ ਨੰਬਰ ਲੈ ਲਾਂਗੇ ਜੇ ਕਿਸੇ ਨੇ। ਮੈਨੂੰ ਕਈ ਵੀਰਾਂ ਦੇ ਫੋਨ ਆਏ ਹੋਏ ਤੇ ਬਾਈ ਨੂੰ ਟਰੈਕਟਰ ਨੂੰ 855 ਨੂੰ, ਜੇ ਕਿਸੇ ਨੇ ਦੇਖਣਾ ਹੋਇਆ ਤਾਂ ਉਹਨਾਂ ਕੋਲ ਜਾ ਕੇ ਦੇਖ ਸਕਦਾ ਜੀ, ਠੀਕ ਹੈ। ਟਰੈਕਟਰ ਸਾਰਾ ਓਰਿਜਨਲ ਆ ਬਾਈ, ਕਿਸੇ ਪਾਸੇ 'ਤੇ ਕੋਈ ਰੰਗ ਪੇਂਟ ਆ ਜੀ ਕੁਛ ਨਹੀਂ ਹੈਗੇ। ਮੁਰਲੇ ਟਾਇਰ ਵੀ ਨਾਲ ਦੇ ਆ ਬਾਈ, ਇਹਨਾਂ ਮੁਰਲੇ ਟਾਇਰ ਚੇਂਜ ਆ, ਪਿਛਲੇ ਟਾਇਰ ਨਾਲ ਦੇ ਬਾਈ, ਮੁਰਲੇ ਟਾਇਰ ਕਹਿਣ ਦਾ ਭਾਵ ਦੁਬਾਰਾ ਚੇਂਜ ਹੋਏ ਹੋਏ, ਠੀਕ ਹੈ ਜੀ। ਬਾਕੀ ਬਾਈ ਜੇ ਹੋਰ ਕਿਸੇ ਵੀ ਵੀਰ ਨੇ ਭਰਾ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਬਾਈ ਜ਼ਰੂਰ ਕੰਟੈਕਟ ਕਰ ਸਕਦਾ ਜੀ। ਆਪਣੇ ਟਰੈਕਟਰਾਂ ਦੀਆਂ ਫੋਟੋਆਂ ਵੀਡੀਓਆਂ ਜਿਹਨੇ ਵੇਚਣਾ ਹੁੰਦਾ ਬਾਈ ਪਾ ਦਿਆ ਕਰੋ, ਅਤੇ ਰੇਟ ਨਾਲ ਜ਼ਰੂਰ ਦੱਸਦੇ ਕਰੋ ਵੀ ਇੰਨਾ ਰੇਟ ਆ ਜੀ, ਠੀਕ ਹੈ ਜੀ। ਅਤੇ ਕਈ ਵੀਰਾਂ ਦੀ ਬਾਈ ਫੋਟੋਆਂ ਵੀਡੀਓ ਆਉਂਦੀ ਰਹਿੰਦੀਆਂ ਦੂਰ ਵਾਲੇ ਟਰੈਕਟਰ ਬਾਈ, ਦੂਰੋਂ ਬਹੁਤ ਆਉਣੀ ਆ ਬਾਈ, ਇੱਧਰੋਂ ਅੰਮ੍ਰਿਤਸਰ ਤੋਂ ਤਰਨ ਤਾਰਨ ਤੋਂ ਬਾਈ ਦੂਰ, ਤੁਹਾਨੂੰ ਪਤਾ ਹੈ ਥੋੜ੍ਹਾ ਔਖਾ ਹੋ ਜਾਂਦਾ। ਜ਼ਿਆਦਾਤਰ ਅਸੀਂ ਆਪਣਾ ਲੋਕਲ ਟਰੈਕਟਰ 100-50 ਕਿਲੋਮੀਟਰ ਏਰੀਏ ਵਿੱਚੋਂ ਤੋਂ ਲੈਂਦੇ ਹਾਂ ਜੀ, ਅਤੇ ਜ਼ਿਆਦਾ ਕੋਸ਼ਿਸ਼ ਕਰੋ ਜਿਹੜੇ ਲੋਕਲ ਵੀਰ ਆ ਉਹੀ ਰਿਪੋਰਟ ਦਿਆ ਕਰੋ ਬਾਈ, ਦੂਰ ਥੋੜ੍ਹਾ ਜਿਹਾ ਕੰਮ ਕਿਹੜਾ ਹੋ ਜਾਂਦਾ ਜਾਣਾ। ਅਤੇ ਬਾਕੀ ਚਲੋ ਠੀਕ ਹੈ ਜੀ, ਵੀਡੀਓ ਬਾਈ ਲੰਬੀ ਹੋਈ ਜਾਂਦੀ ਹੈ ਜੀ, ਅੱਜ ਦੇ ਵਲੋਗ ਵਿੱਚ ਇੰਨਾ ਹੀ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਕਰਿਆ ਕਰੋ ਲਾਈਕ, ਅਤੇ ਆਪਣੇ ਯੂਟਿਊਬ ਚੈਨਲ ਨੂੰ ਵੀ ਕਰਿਆ ਕਰੋ ਸਬਸਕ੍ਰਾਈਬ। ਅਤੇ ਜਿਹੜੇ ਵੀਰ ਨਵੇਂ ਜੁੜਦੇ ਆ ਬਾਈ ਚੈਨਲ 'ਤੇ, ਉਹਨਾਂ ਨੂੰ ਬੇਨਤੀ ਹੈ ਕਿ ਬੈੱਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰਦਿਆ ਕਰੋ। ਅਤੇ ਮਿਲਦੇ ਤੁਸੀਂ ਹੋਰ ਨਵੇਂ ਵਲੋਗ 'ਚ, ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ।